ਲੁਧਿਆਣਾ ਵਾਸੀਓ, ਸਾਡਾ ਲੁਧਿਆਣਾ ਮਾਨਚੈਸਟਰ ਆਫ ਹਿੰਦੁਸਤਾਨ, ਪੰਜਾਬ ਦੀ ਆਰਥਿਕ ਰਾਜਧਾਨੀ, ਪੰਜਾਬ ਦਾ ਫੈਕਟਰੀਆਂ ਵਜੋਂ ਜਾਣਿਆ ਜਾਣ ਵਾਲਾ ਸ਼ਹਿਰ, ਪੰਜਾਬ ਦਾ ਇੰਡਸਟਰੀ ਵਜੋਂ ਜਾਣਿਆ ਜਾਣ ਵਾਲਾ ਸ਼ਹਿਰ, ਅਤੇ ਅੱਜ ਪੰਜਾਬ ਦੀ ਖਾਸ ਕਰਕੇ ਲੁਧਿਆਣੇ ਦੀ ਇੰਡਸਟਰੀ ਦਾ ਹਾਲ ਕੀ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ। ਸਰਕਾਰ ਆਉਂਦੀ ਹੈ, ਬਿਜਲੀ ਸਸਤੀ, ਇੰਸਪੈਕਟਰੀ ਰਾਜ ਤੋਂ ਸਮਾਪਤੀ, ਬੈਟ ਰਿਫੰਡ ਨਾਲ ਦੀ ਨਾਲ, ਅਤੇ ਤੁਸੀਂ ਮੈਨੂੰ ਦੱਸ ਦਿਓ ਵੀ ਅੱਜ ਤੱਕ ਸਰਕਾਰ ਨੇ ਕੋਈ ਵਚਨ ਆਪਣਾ ਪੂਰਾ ਕੀਤਾ ਹੋਵੇ, ਬਿਜਲੀ ਸਸਤੀ ਕੀਤੀ ਹੋਵੇ, ਇੰਸਪੈਕਟਰੀ ਰਾਜ ਤੋਂ ਮੁਕਤੀ ਮਿਲੀ ਹੋਵੇ, ਕੋਈ ਬੈਟ ਰਿਫੰਡ ਤੁਹਾਨੂੰ ਸਮੇਂ ਸਿਰ ਮਿਲਿਆ ਹੋਵੇ, ਪੋਲਿਊਸ਼ਨ ਬੋਰਡ, ਬਿਜਲੀ ਬੋਰਡ, ਸੇਲ ਟੈਕਸ ਮਹਿਕਮਾ ਜੋਕਾਂ ਚਿਮੜੀਆਂ ਹੋਈਆਂ ਨੇ ਇੰਡਸਟਰੀਲਿਸਟਾਂ ਨੂੰ, ਅਤੇ ਹਰ ਸਰਕਾਰ ਇੰਡਸਟਰੀਲਿਸਟ ਨੂੰ ਚੋਰ ਕਹਿ ਕੇ ਗਰਦਾਨਦੀ ਹੈ। ਅਸੀਂ ਚੋਰ ਨਹੀਂ, ਲੁਧਿਆਣਾ ਦਾ ਇੰਡਸਟਰੀਲਿਸਟ ਚੋਰ ਨਹੀਂ, ਦੇਸ਼ ਭਗਤ ਆ ਜਿਹੜਾ ਪੰਜਾਬ ਦੇ ਸਰਕਾਰੀ ਖਜ਼ਾਨੇ ਵਿੱਚ ਸਭ ਤੋਂ ਵੱਡਾ ਰੈਵਨਿਊ ਦਿੰਦਾ ਹੈ, ਅਤੇ ਰੈਵਨਿਊ ਦੇਣ ਦੇ ਬਾਵਜੂਦ ਵੀ ਟੈਕ ਕੀ ਲਾਉਂਦੀ ਹੈ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਵਾਸਤੇ, ਵੀ ਇੰਡਸਟਰੀਲਿਸਟ ਚੋਰ ਹੈ। ਦੋਸਤੋ, ਅਸੀਂ ਲੁਧਿਆਣੇ ਦਾ ਇੰਡਸਟਰੀਲਿਸਟ ਚੋਰ ਨਹੀਂ, ਲੁਧਿਆਣੇ ਦਾ ਇੰਡਸਟਰੀਲਿਸਟ ਦੇਸ਼ ਭਗਤੀ ਦਾ ਜਜ਼ਬਾ ਰੱਖਣ ਵਾਲਾ, ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਟੈਕਸ ਲੁਧਿਆਣੇ ਦਾ ਇੰਡਸਟਰੀਲਿਸਟ ਦਿੰਦਾ, ਅਤੇ ਉਹਦੇ ਬਦਲੇ ਦੇ ਵਿੱਚ ਮਿਲਦਾ ਕੀ ਹੈ, ਜਲਾਲਤ, ਉਹਦੇ ਬਦਲੇ ਦੇ ਵਿੱਚ ਮਿਲਦਾ ਸਰਕਾਰੀ ਅਫਸਰਾਂ ਦੇ ਦਬਕੇ, ਉਹਦੇ ਬਦਲੇ 'ਚ ਮਿਲਦੇ ਆ ਕਿ ਅਸੀਂ ਰਿਸ਼ਵਤ ਦੇ ਕੇ ਆਪਣਾ ਹਰ ਕੰਮ ਕਰਾਂਗੇ। ਸੋ ਇਹ ਸਿਸਟਮ ਕਦੋਂ ਤਬਦੀਲ ਕਰਾਂਗੇ? ਅੱਜ ਜ਼ਰੂਰਤ ਹੈ ਇਸ ਸਿਸਟਮ ਨੂੰ ਤਬਦੀਲ ਕਰਨ ਦਾ ਮੌਕਾ, ਜ਼ਰੂਰਤ ਹੈ ਕਿ ਇਕੱਠੇ ਹੋ ਕੇ ਹੰਭਲਾਵਾਂਗੇ।